ਸਸਿਕਾਲ ਜੀ ਮੈਂ ਹਰਨਵੀਰ ਸਿੰਘ ਰਾਣਾ ਤੇ ਇਸ ਵੇਲੇ ਦੀ ਅਪਡੇਟ ਤੁਹਾਨੂੰ ਦੇ ਦਈਏ ਕਿ ਤਬਲੀਗੀ ਜਮਾਤ ਤੋਂ ਜਿਹੜੇ ਜਮਾਤੀ ਵਾਪਸ ਆਏ ਸਨ ਉਹ ਪੰਜਾਬ ਦੇ ਵਿੱਚ ਵੀ ਆਏ ਨੇ 200 ਲੋਕ ਨizamuddin ਵਿਖੇ ਹੋਈ ਮਰਕਜ਼ ਦੇ ਵਿੱਚ ਪਹੁੰਚੇ ਸਨ ਪੰਜਾਬ ਦੇ ਵਿੱਚ 200 ਲੋਕ ਜਿਹੜੇ ਨੇ ਉਹ ਵਾਪਸ ਆਏ ਨੇ 12 ਜ਼ਿਲ੍ਹੇ ਇਸ ਨਾਲ ਪ੍ਰਭਾਵਿਤ ਹੋ ਸਕਦੇ ਨੇ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਆਦੇਸ਼ ਦੇ ਦਿੱਤੇ ਗਏ ਨੇ ਕਿ 200 ਬੰਦਿਆਂ ਦਾ ਜਿਹੜੇ ਵਾਪਸ ਦਿੱਲੀ ਦੇ ਨizamuddin ਦੇ ਵਿੱਚ ਜੋ ਮਰਕਜ਼ ਹੋਈ ਹੈ ਉਸ ਤੋਂ ਜੋ ਉੱਥੇ ਸ਼ਾਮਲ ਹੋਏ ਸਨ ਉਸ ਦੇ ਵਿੱਚ ਜੋ ਪੰਜਾਬ ਦੇ ਵਿੱਚ ਵੀ ਆਏ ਨੇ 200 ਵਿਅਕਤੀਆਂ ਦੀ ਜਿਹੜੀ ਹੈ ਸੂਚੀ ਉਹ ਸਾਹਮਣੇ ਆਈ ਹੈ 12 ਜ਼ਿਲ੍ਹੇ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪ੍ਰਭਾਵਿਤ ਹੋ ਸਕਦੇ ਨੇ ਹਾਲਾਂਕਿ ਕਪੂਰਥਲਾ ਦੇ ਵਿੱਚ 31 ਲੋਕਾਂ ਦੀ ਲਿਸਟ ਸਾਹਮਣੇ ਆਈ ਹੈ ਮਾਨਸਾ ਦੇ ਵਿੱਚ 25 ਲੋਕਾਂ ਦੀ ਪਟਿਆਲਾ ਦੇ ਵਿੱਚ 29 ਲੋਕਾਂ ਦੀ ਲਿਸਟ ਸਾਹਮਣੇ ਆਈ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ 73 ਦਾ ਪਤਾ ਲਾ ਲਿਆ ਗਿਆ ਹੈ ਬਾਕੀਆਂ ਦਾ ਪਤਾ ਲਾਇਆ ਜਾ ਰਿਹਾ ਹੈ ਡੀਜੀਪੀ ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਇਹਨਾਂ ਵਿਅਕਤੀਆਂ ਦਾ ਪਤਾ ਲਾਇਆ ਜਾਵੇ ਅਤੇ ਇਹਨਾਂ ਦੇ ਸੈਂਪਲ ਜਾਂਚ ਲਈ ਭੇਜੇ ਜਾਣ ਪਰ ਵੱਡੀ ਮੁਸੀਬਤ ਇਸ ਦੇ ਨਾਲ ਖੜੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਵੀ ਕਿਉਂਕਿ ਜਿਸ ਤਰੀਕੇ ਦੇ ਨਾਲ ਮਰਕਸ ਦੇ ਵਿੱਚ ਨizamuddin ਦੇ ਦਿੱਲੀ ਵਿਖੇ ਇਹ ਕੁਝ ਹੋਇਆ ਤੇ ਬਹੁਤ ਸਾਰੇ ਦੇਸ਼ ਦੇ ਹਿੱਸਿਆਂ ਦੇ ਵਿੱਚ ਜਿਹੜੇ ਇਹ ਜਮਾਤੀ ਸੀ ਗਏ ਤਾਂ ਇਸ ਦੇ ਨਾਲ ਵੱਡੇ ਪੱਧਰ ਤੇ ਕਰੋਨਾ ਵਾਇਰਸ ਫੈਲਣ ਦਾ ਡਰ ਬਣ ਗਿਆ ਹੈ ਪੰਜਾਬ ਦੇ ਵਿੱਚ ਵੀ ਅੱਜ ਬਹੁਤ ਥਾਵਾਂ ਤੇ ਮਸਜਿਦਾਂ ਸੀਲ ਕਰ ਦਿੱਤੀਆਂ ਗਈਆਂ ਨੇ ਮਲੇਰਕੋਟਲਾ ਤੋਂ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਅਤੇ ਪਟਿਆਲਾ ਦੇ ਵਿੱਚ ਵੀ ਮਸਜਿਦਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਪਟਿਆਲਾ ਦੇ ਵਿੱਚ 11 ਦੇ ਕਰੀਬ ਲੋਕਾਂ ਨੂੰ ਜੋ ਜਮਨਾਪਾੜ ਤੋਂ ਆਏ ਸਨ ਉਹਨਾਂ ਨੂੰ ਆਈਸੋਲੇਟ ਕੀਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਦੇ 28 ਜ਼ਿਲ੍ਹੇ ਇਸ ਤੋਂ ਪ੍ਰਭਾਵਿਤ ਹੋ ਸਕਦੇ ਨੇ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਤੇ ਇਹ ਵੀ ਤੁਹਾਨੂੰ ਅਪਡੇਟ ਦੇ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ CRPF ਦੀ ਤਾਇਨਾਤੀ ਹੋਣ ਜਾ ਰਹੀ ਹੈ ਹਾਲਾਂਕਿ ਅਧਿਕਾਰਤ ਪੁਸ਼ਟੀ ਥੋੜੀ ਦੇਰ ਤੱਕ ਇਸ ਦੀ ਹੋਣੀ ਹੈ ਪਰ ਜੋ ਸਾਡੇ ਤੱਕ ਖਬਰ ਪਹੁੰਚ ਰਹੀ ਹੈ ਉਸ ਦੇ ਮੁਤਾਬਕ ਸੂਬੇ ਭਾਰ ਦੇ ਵਿੱਚ ਹੁਣ CRPF ਦੀ ਤਾਇਨਾਤੀ ਹੋਵੇਗੀ ਹਾਲਾਂਕਿ ਜਲੰਧਰ ਦੇ ਵਿੱਚ ਇਸ ਤੋਂ ਪਹਿਲਾਂ ਹੀ 6 ਕੰਪਨੀਆਂ ਤਾਇਨਾਤ ਕਰ ਦਿੱਤੇ ਗੀਆਂ ਨੇ ਇੱਕ ਹੋਰ ਅਪਡੇਟ ਜਿਹੜੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 50 ਹੋ ਗਈ ਹੈ ਬਿਲਕੁਲ ਇਸ ਤੋਂ ਪਹਿਲਾਂ ਇਹ ਗਿਣਤੀ ਕੁਝ ਘੰਟੇ ਪਹਿਲਾਂ ਸਿਰਫ 47 ਸੀ ਜੋ ਹੁਣ ਤਿੰਨ ਹੋਰ ਵੱਧ ਗਈ ਹੈ ਜਿਹੜੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਦਿਹਾਂਤ ਹੋਇਆ ਉਹਨਾਂ ਦੇ ਰਿਸ਼ਤੇ ਦੇ ਵਿੱਚ ਜੋ ਭੜਾਈ ਲੱਗਦੇ ਨੇ ਉਹਨਾਂ ਦੇ ਸੇਵਾਦਾਰ ਨੇ ਤੇ ਜੋ ਉਹਨਾਂ ਦੇ ਨਾਲ ਹਾਰਮੋਨੀਅਮ ਵਜਾਉਂਦੇ ਸਨ ਉਹਨਾਂ ਦੀ ਰਿਪੋਰਟ ਵੀ ਹੁਣ ਪੋਜ਼ਿਟਿਵ ਆ ਚੁੱਕੀ ਹੈ ਇਸ ਦੇ ਨਾਲ ਹੀ ਵੱਡਾ ਵਿਵਾਦ ਇਹ ਵੀ ਪੈਦਾ ਹੋ ਗਿਆ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਸਕਾਰ ਤੇ ਰੇੜਕਾ ਬਰਕਰਾਰ ਹੈ ਕਿਉਂਕਿ ਪਿੰਡ ਵੇਰਕਾ ਵਾਲਿਆਂ ਨੇ ਇਨਕਾਰ ਕਰ ਦਿੱਤਾ ਹੈ ਕਿ ਭਾਈ ਖਾਲਸਾ ਦਾ ਸੰਸਕਾਰ ਉਹਨਾਂ ਦੇ ਪਿੰਡ ਦੇ ਵਿੱਚ ਨਾ ਕੀਤਾ ਜਾਵੇ ਤੇ ਉਹਨਾਂ ਦਾ ਸੰਸਕਾਰ ਸ਼ਹਿਰਟਾ ਵਿਖੇ ਕੀਤਾ ਜਾਵੇ ਸੋ ਵੱਡੀ ਖਬਰ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਹੁਣ ਤੱਕ ਜਿਹੜੇ ਟੋਟਲ ਸਸਪੈਕਟਡ ਕੇਸਸ ਅੱਜ ਤੱਕ ਸਾਹਮਣੇ ਆਏ ਨੇ ਉਹ 1434 ਨੇ ਜਿਨ੍ਹਾਂ ਦੇ ਟੈਸਟ ਲਈ ਸੈਂਪਲ ਭੇਜੇ ਗਏ ਜਿਨ੍ਹਾਂ ਦੇ ਵਿੱਚੋਂ 50 ਦੀ ਰਿਪੋਰਟ ਹੁਣ ਪੋਜ਼ਿਟਿਵ ਆ ਚੁੱਕੀ ਹੈ ਤੇ ਪੰਜ ਮੌਤਾਂ ਕਰੋਨਾ ਵਾਇਰਸ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਹੋ ਚੁੱਕੀਆਂ ਨੇ ਹਾਲਾਂਕਿ 1236 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ ਅਤੇ 151 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ ਅੰਮ੍ਰਿਤਸਰ ਦੇ ਵਿੱਚ ਹੁਣ ਮਾਮਲੇ ਜਿਹੜੇ ਵੱਧ ਕੇ 5 ਹੋ ਗਏ ਨੇ ਇਸ ਤੋਂ ਪਹਿਲਾਂ ਦੋ ਮਾਮਲੇ ਸਾਹਮਣੇ ਆਏ ਸਨ ਜਾਂ ਨਮਾ ਸ਼ਹਿਰ ਚ 19 ਮੁਹਾਲੀ ਦੇ ਵਿੱਚ 10 ਨੇ ਹੁਸ਼ਿਆਰਪੁਰ ਚ 7 ਮਾਮਲੇ ਹੋ ਚੁੱਕੇ ਨੇ ਗੜ ਸ਼ੰਕਰ ਦੇ ਵਿੱਚ ਅੱਜ ਹੀ ਇੱਕ ਹੋਰ ਵਿਅਕਤੀ ਪੋਜ਼ਿਟਿਵ ਪਾਇਆ ਗਿਆ ਏ ਦੱਸ ਦਈਏ ਕਿ ਜਿਹੜਾ ਵਿਅਕਤੀ ਹੁਸ਼ਿਆਰਪੁਰ ਦੇ ਗੜ ਸ਼ੰਕਰ ਦੇ ਵਿੱਚ ਪੋਜ਼ਿਟਿਵ ਪਾਇਆ ਉਸ ਦੀ ਟਰੈਵਲ ਹਿਸਟਰੀ ਹੈ ਉਹ ਵਿਦੇਸ਼ ਤੋਂ ਵਾਪਸ ਆਇਆ ਸੀ ਉਹਦਾ ਫੈਮਿਲੀ ਮੈਂਬਰ ਅਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਜੋ ਭਾਈ ਨਿਰਮਲ ਸਿੰਘ ਖਾਲਸਾ ਉਹਨਾਂ ਦੀ ਦਿਹਾਂਤ ਹੋ ਚੁੱਕਿਆ ਏ ਤੇ ਹੋਰ ਬਹੁਤ ਸਾਰੇ ਜਿਹੜੇ 41 ਕੰਟੈਕਟਸ ਨੇ ਜਿਹੜੇ 41 ਐਕਟਿਵ ਕੇਸਿਸ ਨੇ ਉਹ ਆਈਸੋਲੇਸ਼ਨ ਦੇ ਵਿੱਚ ਨੇ ਜਾਨੀ ਕਿ ਉਹਨਾਂ ਨੂੰ ਆਈਸੋਲੇਟ ਕੀਤਾ ਹੋਇਆ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਉਹਨਾਂ ਨੂੰ ਵੀ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਕਿਉਂਕਿ 13 ਮਾਰਚ ਨੂੰ ਜਦੋਂ ਭਾਈ ਨਿਰਮਲ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਪਹੁੰਚੇ ਸਨ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਹਾਲਾਂਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲਾਈਵ ਵੀਡੀਓ ਪਾ ਕੇ ਸਪਸ਼ਟ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਨੇ ਪਰ ਜਿਨ੍ਹਾਂ ਥਾਵਾਂ ਤੇ ਪਿਛਲੇ ਦਿਨਾਂ ਦੇ ਵਿੱਚ ਭਾਈ ਨਿਰਮਲ ਸਿੰਘ ਖਾਲਸਾ ਗਏ ਉਹਨਾਂ ਵਿਅਕਤੀਆਂ ਨੂੰ ਹੁਣ ਲਿਸਟ ਬਣਾ ਕੇ ਆਈਸੋਲੇਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ CRPF ਲਾਉਣੀ ਪੈ ਰਹੀ ਹੈ ਕਿਉਂਕਿ ਕਰਫਿਊ ਨੂੰ ਹੋਰ ਵੱਡੇ ਪੱਧਰ ਤੇ ਹੋਰ ਜਮੀਨੀ ਪੱਧਰ ਤੇ ਲਾਗੂ ਕਰਵਾਇਆ ਜਾ ਸਕੇ ਦੱਸ ਦਈਏ ਕਿ ਇਸ ਤੋਂ ਬਿਨਾ ਹੋਮ ਮਿਨਿਸਟਰੀ ਦੇ ਵੱਲੋਂ ਵੱਡੀ ਖਬਰ ਆ ਰਹੀ ਹੈ ਕਿ ਬਲੈਕਲਿਸਟ ਕਰ ਦਿੱਤਾ ਗਿਆ ਟੂਰਿਸਟ ਵੀਜ਼ਾ ਜਿਹੜੇ ਨੇ ਕੈਨਸਲ ਕਰ ਦਿੱਤੇ ਗਏ ਨੇ 960 ਜਿਹੜੇ ਤਬਲੀਗੀ ਜਮਾਤ ਦੇ ਵਿਸਟਰ ਸੀਗੇ ਉਹਨਾਂ ਦੇ ਵੀਜ਼ਾਸ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਤੇ ਲੀਗਲ ਐਕਸ਼ਨ ਜਿਹੜਾ ਉਹਨਾਂ ਦੇ ਖਿਲਾਫ ਲਿਆ ਜਾ ਰਿਹਾ ਹੈ ਐਫ ਆਈ ਆਰ ਦਰਜ ਹੋ ਰਹੀ ਹੈ ਸੋ ਦੇਸ਼ ਦੇ ਵਿੱਚ ਇਸ ਵੇਲੇ ਚਿੰਤਾ ਦਾ ਵਿਸ਼ਾ ਇਸ ਕਰਕੇ ਵੀ ਹੈ ਕਿਉਂਕਿ ਜੋ ਦਿੱਲੀ ਦੇ ਵਿੱਚ ਨizamuddin ਦੇ ਵਿੱਚ ਜੋ ਮਰਕਜ਼ ਹੋਈ ਜਿੱਥੇ ਇਹ ਐਨਏ 2100 ਦੇ ਕਰੀਬ ਲੋਕ ਜੁੜੇ ਜਮਾਤੀ ਜੁੜੇ ਉਸ ਤੋਂ ਬਾਅਦ ਵੱਡੀ ਗਿਣਤੀ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵੀ ਨੇ ਪੰਜਾਬ ਦੇ ਦੇ ਵਿੱਚ 200 ਲੋਕ ਜਿਹੜੇ ਨੇ ਉਹ ਮਰਕਸ ਦੇ ਵਿੱਚ ਸ਼ਾਮਲ ਹੋ ਕੇ ਵਾਪਸ ਪੰਜਾਬ ਪਰਤੇ ਨੇ ਤੇ ਇਹ ਇੱਕ ਜ਼ਿਲ੍ਹੇ ਦੇ ਨਹੀਂ ਇਹ 12 ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਨੇ ਤੇ ਇਸ ਵੇਲੇ ਪੰਜਾਬ ਸਰਕਾਰ ਨੂੰ ਮੁਸ਼ਕਿਲ ਕੀ ਆ ਰਹੀ ਹੈ ਕਿ ਇਹਨਾਂ ਨੂੰ ਲੱਭਣ ਦੇ ਵਿੱਚ ਮੁਸ਼ਕਿਲ ਆ ਰਹੀ ਹੈ ਅੱਜ ਸਮਰਾਲਾ ਦੇ ਵਿੱਚ ਵੀ ਦੋ ਵਿਅਕਤੀ ਜਿਹੜੇ ਮਰਕਸ ਤੋਂ ਵਾਪਸ ਆਏ ਨੇ ਉਹਨਾਂ ਦਾ ਪਤਾ ਲੱਗਿਆ ਹੈ ਇਸੇ ਤਰ੍ਹਾਂ ਕੁੱਲ 200 ਨੇ ਜਿਨ੍ਹਾਂ ਦੇ ਵਿੱਚੋਂ ਕੁਝ ਬਾਰੇ ਪਤਾ ਲੱਗ ਚੁੱਕਿਆ ਹੈ ਕੁਝ ਹਾਲੇ ਵੀ ਜਿਹੜੇ ਨੇ ਉਹ ਜਾਂ ਤਾਂ ਛਿਪੇ ਹੋਏ ਨੇ ਜਾਂ ਲਾਪਤਾ ਨੇ ਸਾਹਮਣੇ ਨਹੀਂ ਆ ਰਹੇ ਤਬਲੀਗੀ ਜਮਾਤ ਦੇ ਵੱਲੋਂ ਉੱਥੇ ਇਹ ਮਰਕਸ ਜਿਹੜੀ ਹੈ ਜਾਨੀ ਕਿ ਮੀਟਿੰਗ ਉੱਥੇ ਕਰਵਾਈ ਗਈ ਸੀਗੀ ਤੇ ਉਹਨਾਂ ਦੇ ਮੌਲਾਨਾ ਦੀ ਇੱਕ ਸਪੀਚ ਵੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮਸਜਿਦ ਦੇ ਵਿੱਚ ਜਾਣ ਦੇ ਨਾਲ ਕਿਸੇ ਨੂੰ ਕਰੋਨਾ ਨਹੀਂ ਹੋ ਸਕਦਾ ਜੇ ਮਸਜਿਦ ਦੇ ਵਿੱਚ ਕੋਈ ਜਾਂਦਾ ਇਕੱਠਾ ਹੁੰਦਾ ਹੈ ਨਮਾਜ਼ ਅਦਾ ਕਰਦਾ ਹੈ ਤਾਂ ਉਸ ਨੂੰ ਕਰੋਨਾ ਨਹੀਂ ਹੋਵੇਗਾ ਪਰ ਦੋਸਤੋ ਕਰੋਨਾ ਵਾਇਰਸ ਕਿਸ ਦਾ ਧਰਮ ਨਹੀਂ ਦੇਖਦਾ ਕਿਸੇ ਦਾ ਮਜ਼ਹਬ ਨਹੀਂ ਦੇਖਦਾ ਕਿਸੇ ਦੀ ਜਾਤ ਨਹੀਂ ਦੇਖਦਾ कोरोना वायरस ਕਿਸੇ ਨੂੰ ਵੀ ਹੋ ਸਕਦਾ ਹੈ ਇਸ ਤੋਂ ਬਿਨਾ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜੋ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਵਾਰ ਸਿੱਖ ਵਿਸਾਖੀ ਨਾ ਮਨਾਉਣ ਭਾਵ ਗੁਰਦੁਆਰਿਆਂ ਦੇ ਵਿੱਚ ਇਕੱਠ ਨਾ ਹੋਵੇ ਉਸ ਤੇ ਭਲਕੇ ਮੀਟਿੰਗ ਹੋਣੀ ਹੈ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਨਹੀਂ ਹੋਣੀ ਇਸ ਵਾਰ ਵੀਡੀਓ ਕਾਨਫਰencing ਰਾਹੀਂ ਗੱਲਬਾਤ ਉਹਨਾਂ ਨੇ ਕਰਨੀ ਹੈ ਜਿਸ ਤੋਂ ਬਾਅਦ ਕੱਲ ਨੂੰ ਵਿਸਾਖੀ ਮਨਾਉਣ ਬਾਰੇ ਫੈਸਲਾ ਆਵੇਗਾ ਕਿ ਸਿੱਖ ਇਸ ਵਾਰ ਵਿਸਾਖੀ ਆਪੋ ਆਪਣੇ ਘਰਾਂ ਦੇ ਵਿੱਚ ਮਨਾਉਣਗੇ ਚੜ੍ਹਦੀ ਕਲਾ ਦੀ ਅਰਦਾਸ ਕਰਨਗੇ ਜਾਂ ਗੁਰੂ ਘਰ ਦੇ ਵਿੱਚ ਇਕੱਠੇ ਹੋਣਗੇ ਕਿਉਂਕਿ ਜੇ ਇਕੱਠੇ ਹੁੰਦੇ ਨੇ ਤਾਂ ਇਸ ਦੇ ਵਿੱਚ ਨੁਕਸਾਨ ਹੋ ਸਕਦਾ ਏ ਇੱਕ ਤੋਂ ਵੱਧ ਵਿਅਕਤੀ ਜਦੋਂ ਇਕੱਠੇ ਹੁੰਦੇ ਨੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਕਰੋਨਾ ਵਾਇਰਸ ਫੈਲਣ ਦਾ ਡਰ ਜਿਹੜਾ ਉਹ ਜ਼ਿਆਦਾ ਵੱਧ ਜਾਂਦਾ ਏ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਦੇਖ ਵੀ ਰਹੇ ਹੋ ਕੈ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਤੱਕ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਦੇ ਸੰਪਰਕ ਦੇ ਵਿੱਚ ਤਿੰਨ ਵਿਅਕਤੀਆਂ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਹੈ ਇਸੇ ਤਰ੍ਹਾਂ ਜੋ ਬਲਦੇਵ ਸਿੰਘ ਪਟਲਾਵਾ ਦਾ ਰਹਿਣ ਵਾਲਾ ਸੀ ਉਸ ਦੇ ਕਿੰਨੇ ਰਿਸ਼ਤੇਦਾਰ ਜਿਹੜੇ ਨੇ ਉਹ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆਏ ਨੇ ਜਾਂ ਕੈਨੇਡਾ ਤੋਂ ਇੱਕ ਜੋੜਾ ਜਿਹੜਾ ਮੁਹਾਲੀ 9 ਫੇਸ ਦੇ ਵਿੱਚ ਵਾਪਸ ਆਇਆ ਉਸ ਦੇ ਜਿਹੜਾ 10 ਸਾਲ ਦੀ ਧੀ ਹੈ ਤੇ ਉਸ ਬੇਟੀ ਦੀ ਨਾਨੀ ਜਾਨੀ ਕਿ ਉਹਨਾਂ ਨੂੰ ਵੀ ਕਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਇਸੇ ਤਰ੍ਹਾਂ ਜੋ ਨਿਆ ਗਰਾਉਂਡ ਦੇ ਵਿੱਚ ਓਮ ਪ੍ਰਕਾਸ਼ ਸਾਹਮਣੇ ਆਇਆ ਸੀ ਉਸ ਦੇ ਨਜ਼ਦੀਕੀ ਨੂੰ ਵੀ ਕਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਇੱਕ ਵਿਅਕਤੀ ਦੁਬਈ ਤੋਂ ਆਇਆ ਸੀ ਪੋਜ਼ਿਟਿਵ ਸੀ ਤੇ ਕਪਿਲ ਨਾਮ ਦਾ ਵਿਅਕਤੀ ਜਿਹੜਾ ਜਗਤਪੁਰੇ ਦੇ ਮੋਹਾਲੀ ਦਾ ਰਹਿਣ ਵਾਲਾ ਹੈ 55 ਸਾਲ ਦਾ ਉਸ ਦੇ ਵਿੱਚ ਵੀ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਸੋ ਵੱਡੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜੋ ਨਿਰਦੇਸ਼ ਦਿੱਤੇ ਗਏ ਨੇ ਉਹਦੇ ਬਾਰੇ ਤੁਹਾਨੂੰ ਦੱਸ ਰਹੇ ਹਾਂ ਅਪਡੇਟ ਦੇ ਰਹੇ ਹਾਂ ਤੇ ਤੁਸੀਂ ਵੀ ਇਸ ਤੇ ਸੋਚ ਸਕਦੇ ਹੋ ਕਿ ਕਿਵੇਂ ਜਿਹੜੀਆਂ ਚੀਜ਼ਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ ਕਿ ਵਿਸਾਖੀ ਜਿਹੜੀ ਹੈ 13 April ਖਾਲਸਾ ਪੰਥ ਦਾ ਸਾਜਨਾ ਦਿਵਸ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਹਰ ਸਾਲ ਵਿਸਾਖੀ ਦੇ ਮੌਕੇ ਤੇ ਖਾਲਸਾ ਪੰਥ ਜਿਹੜਾ ਵਿਸਾਖੀ ਮਨਾਉਂਦਾ ਖਾਲਸਾ ਪੰਥ ਸਾਜਨਾ ਦਿਵਸ ਦੇ ਮੌਕੇ ਤੇ ਵਿਸਾਖੀ ਮਨਾਈ ਜਾਂਦੀ ਹੈ ਪਰ ਇਸ ਵਾਰ ਕੀ ਸਿੱਖ ਵਿਸਾਖੀ ਕਿਵੇਂ ਮਨਾਉਣਗੇ ਇਹ ਵੱਡੀ ਗੱਲ ਹੈ ਤੇ ਇਸ ਦੇ ਨਾਲ ਹੀ ਅਗਲਾ ਸੀਜ਼ਨ ਜਿਹੜਾ ਹੈ ਵਾਢੀ ਦਾ ਹੈ ਉਹਦੇ ਨਾਲ ਵੀ ਦਿੱਕਤ ਆਉਣੀ ਹੋ ਸਕਦੀ ਹੈ ਇਹ ਵੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 9 ਵਜੇ ਇੱਕ ਵੀਡੀਓ ਸੰਦੇਸ਼ ਜਾਰੀ ਕਰਨਗੇ ਉਹਦੇ ਵਿੱਚ ਕੀ ਕੁਝ ਨਿਕਲਦਾ ਹੈ ਇਹ ਵੀ ਦੇਖਣਾ ਹੋਏਗਾ ਹਾਲਾਂਕਿ ਜਨਤਨ ਖਾਤਿਆਂ ਦੇ ਵਿੱਚ ਜਿਹੜੀ ਰਾਸ਼ੀ ਹੈ ਉਹ ਵੀ ਕਿਹਾ ਗਿਆ ਕਿ ਜਲਦੀ ਪਾ ਦਿੱਤੀ ਜਾਵੇਗੀ ਹਾਲਾਂਕਿ 5-500 ਰੁਪਏ ਦੀ ਰਾਸ਼ੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਜੋ ਪੈਕੇਜ ਹੈ 1.70 ਹਜ਼ਾਰ ਕਰੋੜ ਦਾ ਦੇਸ਼ ਦੀ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਸੋ ਇਹ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਤੁਸੀਂ ਚੌਕਸ ਰਹ ਸਕੋ ਤੁਸੀਂ ਆਗਾਹ ਰਹ ਸਕੋ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਰਹੇ ਹਾਂ ਪਰ ਜੇਕਰ ਤੁਹਾਡੇ ਆਸ-ਪਾਸ ਜਾਂ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਪਹਿਲਾਂ ਐਨ ਆਰ ਆਈਜ਼ ਦੀ ਸੂਚੀ ਮੰਗੀ ਗਈ ਜੇਕਰ ਤੁਹਾਡੇ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਤਬਲੀਗੀ ਜ਼ਮਾਤ ਦੇ ਨਾਲ ਸਬੰਧਤ ਕੋਈ ਦਿੱਲੀ ਤੋਂ ਵਾਪਸ ਆਇਆ ਤਾਂ ਚਾਹੀਦਾ ਇਹ ਹੈ ਕਿ ਉਹ ਪ੍ਰਸ਼ਾਸਨ ਤੱਕ ਇਨਫੋਰਮੇਸ਼ਨ ਜ਼ਰੂਰ ਪਹੁੰਚਾਈ ਜਾਵੇ ਤੇ ਉਹ ਵਿਅਕਤੀ ਜਿਹੜੇ ਨੇ ਉਹ ਕਿਸੇ ਦੇ ਸੰਪਰਕ ਵਿੱਚ ਨਾ ਆਉਣ ਆਈਸੋਲੇਟ ਰਹਿਣ ਅਲੱਗ ਆਪਣੇ ਆਪ ਨੂੰ ਚਾਹੇ ਪ੍ਰਸ਼ਾਸਨ ਦੇ ਥਰੂ ਜ਼ਰੂਰ ਕਰ ਲੈਣ ਅਤੇ ਉਹਨਾਂ ਦਾ ਟੈਸਟ ਵੀ ਇਸ ਵੇਲੇ ਜ਼ਰੂਰੀ ਹੋ ਗਿਆ ਹੈ ਹਾਲਾਂਕਿ 125 ਦੀ ਲਿਸਟ ਭਾਵੇਂ ਸਾਹਮਣੇ ਆ ਚੁੱਕੀ ਹੈ ਦੁਆਰਾ ਫੇਰ ਦੱਸ ਦਿੰਦੇ ਹਾਂ ਕਪੂਰਥਲਾ ਦੇ ਵਿੱਚ 31 ਜਮਾਤੀ ਆਏ ਨੇ ਵਾਪਸ ਮਾਨਸਾ ਦੇ ਵਿੱਚ 25 ਨੇ ਜੋ ਇਨਫੋਰਮੇਸ਼ਨ ਜਿਹੜੀ ਹੈ ਸਰਕਾਰੀ ਪੱਧਰ ਤੇ ਸਾਡੇ ਕੋਲੇ ਮੌਜੂਦ ਹੈ ਉਹੀ ਤੁਹਾਨੂੰ ਦੱਸ ਰਹੇ ਹਾਂ ਪਟਿਆਲਾ ਦੇ ਵਿੱਚ 29 ਕੇਸ ਇਸ ਤਰ੍ਹਾਂ ਦੇ ਨੇ ਸੋ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਾਰੇ ਸਮੂਹ ਸੀਐਮਸ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੀਟਿੰਗ ਲਈ ਹੈ ਉਹਦੇ ਵਿੱਚ ਵੀ ਸ਼ਾਮਲ ਹੋਏ ਨੇ ਤੇ ਅਗਲਾ ਜਿਹੜਾ ਕਿਵੇਂ ਇਸ ਕੋਵਿਡ-19 ਦੇ ਨਾਲ ਜੋ ਕਰੋਨਾ ਵਾਇਰਸ ਫੈਲਿਆ ਹੋਇਆ ਕਿਵੇਂ ਇਸ ਦੇ ਨਾਲ ਨਿਪਟਣਾ ਹੈ ਇਸ ਤੇ ਆਪੋ ਆਪਣੀ ਰਾਏ ਜਿਹੜੀ ਦਿੱਤੀ ਗਈ ਹੈ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਇਸ ਤੋਂ ਬਾਅਦ ਇੱਕ ਵੀਡੀਓ ਕਾਨਫਰੈਂਸਿੰਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਕੀਤੀ ਗਈ ਹੈ ਸਾਰੇ ਡਿਪਟੀ ਕਮਿਸ਼ਨਰਾਂ ਦੇ ਨਾਲ ਉਹਨਾਂ ਨੂੰ ਆਦੇਸ਼ ਦਿੱਤੇ ਗਏ ਨੇ ਕਿ ਹੇਠਲੇ ਪੱਧਰ ਤੇ ਜਿਹੜਾ ਰਸਦ ਹੈ ਜਿਹੜੀਆਂ ਹੁਣ ਸਰਕਾਰੀ ਪੱਧਰ ਤੇ 10 ਲੱਖ ਪੈਕੇਟ ਵੰਡੇ ਜਾਣਾ ਉਹ ਪਹੁੰਚਾਇਆ ਜਾਵੇ ਇਸ ਤੋਂ ਬਿਨਾ ਜਿਹੜਾ ਵਾਢੀ ਦਾ ਸੀਜ਼ਨ ਆਉਣਾ ਉਸ ਦੇ ਲਈ ਵੀ ਤਿਆਰੀਆਂ ਕਰਨ ਦੀ ਗੱਲ ਆਖੀ ਗਈ ਹੈ ਸੋ ਦੱਸ ਦਈਏ ਕਿ ਜਿਹੜੀ ਵੱਡੀ ਗੱਲ ਹੈਗੀ ਹੈ ਉਹ ਤਬਲੀਗੀ ਜਮਾਤ ਨੂੰ ਲੈ ਕੇ ਹੀ ਹੈ ਕਿਹਾ ਇਹ ਜਾ ਰਿਹਾ ਹੈ ਕਿ ਉਹਨਾਂ ਦੀ ਪਛਾਣ ਕੀਤੀ ਜਾਵੇ ਉਹਨਾਂ ਦੇ ਬਲੱਡ ਸੈਂਪਲ ਜਲਦੀ ਤੋਂ ਜਲਦੀ ਲਏ ਜਾਣ ਜੋ ਨਿਜ਼ਾਮੁਦੀਨ ਦੇ ਵਿੱਚ ਮਰਕਸ ਦੇ ਵਿੱਚ ਸ਼ਾਮਲ ਹੋ ਕੇ ਆਏ ਨੇ ਸੋ ਇੱਕ ਜਿਹੜੀ ਚਿੰਤਾ ਦਾ ਵਿਸ਼ਾ ਵੱਡਾ ਕਿ ਨਿਰਮਲ ਸਿੰਘ ਖਾਲਸਾ ਦਾ ਸੰਸਕਾਰ ਕਰਨ ਤੇ ਰੇਡ ਕਾ ਕਿਉਂ ਪੂਰੀ ਜ਼ਿੰਦਗੀ ਉਹਨਾਂ ਨੇ ਸਿੱਖ ਪੰਥ ਦੇ ਲੇਖੇ ਲਾਈ ਹਜ਼ੂਰੀ ਰਾਗੀ ਦੇ ਤੌਰ ਤੇ ਪਦਮਸ਼ਰੀ ਅਵਾਰਡ ਮਿਲਿਆ ਤੇ ਅੱਜ ਜਦੋਂ ਸੰਸਕਾਰ ਦੀ ਵਾਰੀ ਆਈ ਤਾਂ ਪਿੰਡ ਵੇਰਕਾ ਵਾਲਿਆਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਇਹ ਖਦਸ਼ਾ ਜਿਹੜਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇ ਸੰਸਕਾਰ ਉੱਥੇ ਹੁੰਦਾ ਏ ਡੈੱਡ ਬਾਡੀ ਉੱਥੇ ਪਹੁੰਚਦੀ ਹੈ ਮ੍ਰਿਤਕ ਦੇਹ ਭਾਈ ਸਾਹਿਬ ਦੀ ਉੱਥੇ ਪਹੁੰਚਦੀ ਹੈ ਤਾਂ ਕਰੋਨਾ ਵਾਇਰਸ ਫੈਲਣ ਦਾ ਖਤਰਾ ਹੋ ਸਕਦਾ ਪਰ ਜਿਹੜੇ ਡਾਕਟਰ ਕਹਿੰਦੇ ਨੇ ਕਿਉਂਕਿ ਉਹ ਬਾਡੀ ਪੂਰੀ ਤਰ੍ਹਾਂ ਪੈਕਡ ਹੁੰਦੀ ਹੈ ਤੇ ਜੇਕਰ ਉਹ ਥੋੜੀਆਂ ਸਾਵਧਾਨੀਆਂ ਉਸ ਵੇਲੇ ਵਰਤੀਆਂ ਜਾਣ ਤਾਂ ਇਸ ਤਰ੍ਹਾਂ ਨਹੀਂ ਹੈਗਾ ਉਸ ਤੋਂ ਫੈਲਣ ਦਾ ਡਰ ਨਹੀਂ ਹੈਗਾ ਪਰ ਖਦਸ਼ੇ ਜਿਹੜੇ ਪ੍ਰਗਟਾਏ ਜਾ ਰਹੇ ਨੇ ਉਸ ਕਰਕੇ ਉੱਥੇ ਸੰਸਕਾਰ ਵੀ ਨਹੀਂ ਹੋ ਰਿਹਾ ਬਹੁਤ ਸਾਰੇ ਸਿੱਖ ਜਥੇਬੰਦੀਆਂ ਨੇ ਇਸ ਦਾ ਨਰਾਜ਼ਗੀ ਜਤਾਈ ਹੈ ਇਸ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈਗਾ ਬਹੁਤ ਸਾਰੇ ਲੋਕਾਂ ਨੇ ਫੇਸਬੁੱਕ ਤੇ ਆਪੋ ਆਪਣੇ ਪੱਧਰ ਤੇ ਕਿਹਾ ਕਿ ਜੇਕਰ ਜੇਕਰ ਚਾਇਆ ਜਾਵੇ ਤਾਂ ਭਾਈ ਸਾਹਿਬ ਦਾ ਸਸਕਾਰ ਉਹ ਜਗ੍ਹਾ ਦੇਣ ਲਈ ਤਿਆਰ ਨੇ ਬਹੁਤ ਸਾਰੇ ਲੋਕਾਂ ਨੇ ਆਪਣੇ ਪੱਧਰ ਤੇ ਇਹ ਪੇਸ਼ਕਸ਼ ਵੀ ਕੀਤੀ ਹੈ ਅ ਸੋ ਸਾਡੇ ਨਾਲ ਜਿਹੜੇ ហេਟਾਂ ਕਮੈਂਟ ਆ ਰਹੇ ਨੇ ਉਹ ਵੀ ਮੈਂ ਪੜਨ ਦੀ ਕੋਸ਼ਿਸ਼ ਕਰਦਾ ਹਾਂ ਸੋ ਲੋਕ ਇੱਕ ਤਾਂ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਹੈ ਕਿ ਮਜ਼ਹਬ ਦੇ ਤੌਰ ਤੇ ਕਿਸੇ ਨਾਲ ਜਾਤੀ ਵਿਤਕਰਾ ਜਿਹੜਾ ਹੈ ਜਾਂ ਆਪਸ ਦੇ ਵਿੱਚ ਵੈਰ ਵਿਰੋਧ ਕਰਨ ਵਾਲੀ ਗੱਲ ਨਹੀਂ ਹੈ ਸਿਰਫ 200 ਲੋਕ ਨੇ ਜਿਹੜੇ ਵਾਪਸ ਆਏ ਨੇ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਭਾਈਚਾਰੇ ਦੇ ਮੁਸਲਮ ਭਾਈਚਾਰੇ ਦੇ ਲੋਕ ਵੀ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜੇ ਉਹਨਾਂ ਦੇ ਕੰਟੈਕਟ ਦੇ ਵਿੱਚ ਉਹਨੇ ਤਾਂ ਜ਼ਰੂਰ ਦੱਸ ਦਿੱਤਾ ਜਾਣਾ ਚਾਹੀਦਾ ਏ ਸੋ ਜਿਸ ਤਰੀਕੇ ਦੇ ਨਾਲ ਮਸਜਿਦਾਂ ਨੂੰ ਸੀਲ ਹੁਣ ਜ਼ਰੂਰ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਉਹ ਵੀ ਜ਼ਰੂਰੀ ਸ਼ਾਇਦ ਇਸ ਕਰਕੇ ਸੀ ਕਿ ਕਿਉਂਕਿ ਭਲਾਈ ਇਹੀ ਹੈ ਕਿ ਇਕੱਠ ਨਾ ਹੋਵੇ ਤੇ ਬਹੁਤ ਸਾਰੇ ਲੋਕ ਕਿਉਂਕਿ ਜਿਹੜੇ ਧਰਮ ਦੇ ਨਾਲ ਬਹੁਤ ਆਸਥਾ ਰੱਖਦੇ ਨੇ ਵਿਸ਼ਵਾਸ ਰੱਖਦੇ ਨੇ ਉਹਨਾਂ ਨੂੰ ਇਹ ਲੱਗਦਾ ਏ ਕਿ ਜੇਕਰ ਅਸੀਂ ਗੁਰਦੁਆਰਾ ਸਾਹਿਬ ਜਾਂ ਮਸਜਿਦ ਮੰਦਰ ਦੇ ਵਿੱਚ ਜਾਵਾਂਗੇ ਤਾਂ ਸ਼ਾਇਦ ਉਹਨਾਂ ਨੂੰ ਕੋਰੋਨਾ ਵਾਇਰਸ ਕੁਝ ਨਹੀਂ ਕਹੇਗਾ ਪਰ ਇਸ ਤਰ੍ਹਾਂ ਨਹੀਂ ਹੈ ਜੋ ਪ੍ਰਮਾਤਮਾ ਦੇ ਵੱਲੋਂ ਸਾਨੂੰ ਬੁੱਧੀ ਬਖਸ਼ੀ ਗਈ ਹੈ ਉਸ ਦਾ ਇਸਤੇਮਾਲ ਸਾਨੂੰ ਖੁਦ ਕਰਨਾ ਪਵੇਗਾ ਜੋ ਵੱਡੇ ਵੱਡੇ ਡਾਕਟਰ ਵੱਡੇ ਵੱਡੇ ਮਾਹਿਰ ਸਾਨੂੰ ਜਾਣਕਾਰੀਆਂ ਦੇ ਰਹੇ ਨੇ ਜੋ ਅਮਰੀਕਾ ਇਟਲੀ ਦੇ ਵਿੱਚ ਹੋ ਰਿਹਾ ਹੈ ਉਸ ਤੋਂ ਸਬਕ ਸਾਨੂੰ ਲੈਣਾ ਪਵੇਗਾ ਇਕੱਠ ਨਾ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਅਸੀਂ ਵੀ ਇਹ ਅਪੀਲ ਕਰਦੇ ਹਾਂ ਕਿ ਚਾਹੇ ਵਿਸਾਖੀ ਹੋਵੇ ਤੇ ਚਾਹੇ ਨਮਾਜ਼ ਅਦਾ ਕਰਨ ਦੀ ਗੱਲ ਹੋਵੇ ਆਪੋ ਆਪਣੇ ਘਰਾਂ ਦੇ ਵਿੱਚ ਰਹਿ ਕੇ ਪਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਹੈ ਇਬਾਦਤ ਕੀਤੀ ਜਾ ਸਕਦੀ ਹੈ ਪਰਮਾਤਮਾ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ ਹਰ ਖਲਕ ਖਲਕਤ ਦੇ ਵਿੱਚ ਹੈਗਾ ਪਰਮਾਤਮਾ ਤੇ ਇਸ ਕਰਕੇ ਬਹੁਤੀ ਜ਼ਰੂਰਤ ਨਹੀਂ ਹੁੰਦੀ ਹੈਗੀ ਇਹਨਾਂ ਦਿਨਾਂ ਦੇ ਵਿੱਚ ਜੇ ਅਸੀਂ ਥੋੜਾ ਜਿਹਾ ਸਾਵਧਾਨੀਆਂ ਵਰਤ ਲਈਏ ਸੋ ਇਹ ਅਪਡੇਟ ਦੇਣ ਦਾ ਮਕਸਦ ਤੁਹਾਨੂੰ ਆਗਾਹ ਕਰਨਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਤੋਂ ਨਾ ਨਿਕਲਿਆ ਜਾਵੇ ਸੀਆਰਪੀਐਫ ਦੀ ਤਣਾਤੀ ਹੋਣ ਜਾ ਰਹੀ ਹੈ ਜਲੰਧਰ ਦੇ ਵਿੱਚ ਲੱਗ ਲੱਗ ਗਈ ਹੈ ਨੇਮ ਫੌਜੀਬਲ ਬਹੁਤ ਸਾਰੇ ਥਾਵਾਂ ਤੇ ਓਪਨ ਜੇਲਾ ਬਣਾ ਦਿੱਤੇ ਗਏ ਨੇ ਜੇ ਕੋਈ ਕਰਫਿਊ ਦਾ ਉਲੰਘਣ ਕਰਦਾ ਏ ਤਾਂ ਉਹਨਾਂ ਨੂੰ ਓਪਨ ਜੇਲ ਦੇ ਵਿੱਚ ਪਾਇਆ ਜਾ ਰਿਹਾ ਹੈ ਹਾਲਾਂਕਿ ਇੱਕ ਵੱਡੀ ਸਮੱਸਿਆ ਜ਼ਰੂਰ ਪੈਦਾ ਹੋ ਗਈ ਹੈ ਬਹੁਤ ਸਾਰੇ ਲੋਕ ਇਸ ਵੇਲੇ ਚੀਜ਼ਾਂ ਮਹਿੰਗੀਆਂ ਵੇਚ ਰਹੇ ਨੇ ਸਾਡੇ ਕੋਲੇ ਅੱਜ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮੀਡੀਆ ਦੇ ਰਿਪੋਰਟਸ ਸਾਡੇ ਕੋਲ ਬਹੁਤ ਸਾਰੀਆਂ ਪਹੁੰਚੀਆਂ ਨੇ ਕਿ ਲਿਸਟ ਭਾਵੇਂ ਡਿਪਟੀ ਕਮਿਸ਼ਨਰ ਦੇ ਵੱਲੋਂ ਲਾ ਦਿੱਤੀ ਜਾਂਦੀ ਹੈ ਕਿ ਇਹ ਟਮਾਟਰ ਦਾ ਰੇਟ ਇਹ ਆ ਆਲੂ ਦਾ ਇਹ ਆ ਪਿਆਜ਼ ਦਾ ਇਹ ਆ ਪਰ ਫਾਲੋ ਨਹੀਂ ਹੋ ਰਿਹਾ ਸਬਜ਼ੀ ਮੰਡੀ ਤੋਂ ਲੈ ਕੇ ਸਮਾਨ ਮਹਿੰਗਾ ਹੋ ਰਿਹਾ ਪਰਚੂਨ ਤੋਂ ਲੈ ਕੇ ਹੋਲ ਸੇਲਰ ਤੋਂ ਲੈ ਕੇ ਸਮਾਨ ਮਹਿੰਗਾ ਹੋ ਰਿਹਾ ਸੋ 104 ਨੰਬਰ ਤੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ 112 ਨੰਬਰ ਤੇ ਸ਼ਿਕਾਇਤ ਕਰ ਸਕਦੇ ਹੋ ਤੇ ਜੇ ਕੋਈ ਕਾਲਾ ਬਾਜ਼ਾਰੀ ਕਰਦਾ ਉਸ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਤੁਹਾਨੂੰ ਥੋੜਾ ਜਾਗਰੂਕ ਹੋਣਾ ਪਵੇਗਾ ਇਸ ਤੋਂ ਬਿਨਾ ਵੱਡੀ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਸਾਡੇ ਕੋਲੇ ਸਰਕਾਰੀ ਸਹਾਇਤਾ ਨਹੀਂ ਪਹੁੰਚ ਰਹੀ ਤਾਂ ਤੁਸੀਂ ਵੀ 112 ਨੰਬਰ ਤੇ ਕਾਲ ਕਰਕੇ ਮਦਦ ਮੰਗ ਸਕਦੇ ਹੋ ਪਰ ਜੇਕਰ ਤੁਹਾਡੀ ਜੋ ਤੁਸੀਂ ਕਹੋਗੇ ਜੇਕਰ ਉਹ ਸੱਚ ਨਾ ਹੋਇਆ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਰਾਸ਼ਨ ਪਿਆ ਹੋਇਆ ਤੇ ਤੁਸੀਂ ਝੂਠ ਬੋਲ ਕੇ ਇਹ ਕਹਿੰਦੇ ਰਹੇ ਕਿ ਅਸੀਂ ਭੁੱਖੇ ਹਾਂ ਤਾਂ ਤੁਹਾਡੇ ਤੇ ਤਾਰਾ 188 ਦੇ ਤਹਿਤ ਕਾਰਵਾਈ ਵੀ ਹੋ ਸਕਦੀ ਹੈ ਇਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਵੀ ਗਈ ਆ ਬਰਨਾਲਾ ਦੇ ਵਿੱਚ ਦੋ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਕਿ ਝੂਠੀ ਸ਼ਿਕਾਇਤ ਇਸ ਤਰ੍ਹਾਂ ਦੀ ਨਾ ਕੀਤੀ ਜਾਵੇ ਇੱਕ ਹੋਰ ਅਪੀਲ ਜਿਹੜੀ ਤੁਹਾਨੂੰ ਕਰਨੀ ਬਣਦੀ ਹੈ ਕਿ ਰਾਸ਼ਨ ਇਸ ਵੇਲੇ ਇਕੱਠਾ ਨਾ ਕੀਤਾ ਜਾਵੇ ਬਹੁਤ ਸਾਰੇ ਲੋਕ ਇੱਕ ਤੋਂ ਬਾਅਦ ਇੱਕ ਪੈਕੇਟ ਲੈ ਕੇ ਘਰਾਂ ਦੇ ਵਿੱਚ ਰਾਸ਼ਨ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਤੱਕ ਹਾਲੇ ਮਦਦ ਪਹੁੰਚਣੀ ਬਾਕੀ ਹੈ ਸੋ ਇਹ ਜਿਹੜੀਆਂ ਤਮਾਮ ਅਪਡੇਟਸ ਜਿਹੜੀਆਂ ਤੁਹਾਨੂੰ ਅੱਜ ਤੱਕ ਪਹੁੰਚਾਉਣੀਆਂ ਜ਼ਰੂਰੀ ਸਿਗੀਆਂ ਕਿ ਇਸ ਵੇਲੇ ਤੱਕ ਪੰਜਾਬ ਦੇ ਵਿੱਚ ਹੁਣ 50 ਮਾਮਲੇ ਹੋ ਚੁੱਕੇ ਨੇ 200 ਲੋਕ ਦਿੱਲੀ ਤੋਂ ਆ ਚੁੱਕੇ ਨੇ ਆਪੋ ਆਪਣਾ ਖਿਆਲ ਜ਼ਰੂਰ ਰੱਖੋ ਕਿਸੇ ਵੀ ਜਨਤਕ ਇਕੱਠ ਦੇ ਵਿੱਚ ਨਾ ਜਾਓ ਫਿਲਹਾਲ ਇਸ ਪੇਸ਼ਕਸ਼ ਚੈਨਾਂ ਹੀ ਤਮਾਮ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ